ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਲਓ ਜੀ, ਆਪਾਂ ਲਾਏ ਪਿਆਜ਼ ਅਤੇ ਆਪਾਂ ਵਿੱਚੋਂ ਕੱਢਣ ਡਿਆ ਕੱਖ ਨਵੇਂ ਤਰੀਕੇ ਨਾਲ। ਵੀ ਕਈ ਵਾਰੀ ਕਿਸੇ ਨੂੰ ਰੰਬਾ ਅਤੇ ਚਲਾਉਣ ਦੇ ਵਿੱਚ ਗੋਡੀ ਕਰਨ 'ਚ ਦਿੱਕਤ ਆਉਂਦੀ, ਤਾਂ ਇੱਦਾਂ ਪਾਣੀ ਖੜ੍ਹਾ ਕਰ ਲਵੇ ਅਤੇ ਇੱਦਾਂ ਵਿੱਚੋਂ ਵਿੱਚ ਘਾਹ ਆਪਾਂ ਜਿਹੜਾ ਹੈਗਾ ਪੱਟੀ ਜਾਂਦੇ ਸਾਂ ਆਰਾਮ ਦੇ ਨਾਲ। ਅਤੇ ਇਹ ਚੀਜ਼ਾਂ ਆਹ ਦੇਖੋ ਕਿੱਦਾਂ ਘਾਹ ਦੇ ਆ ਗਿਆ ਨਾ ਜੜ੍ਹਾਂ ਸਮੇਤ। ਅਤੇ ਇਹਨੂੰ ਮੁੜ ਕੇ ਇੱਦਾਂ ਪਾਣੀ ਨਾਲ ਝਾੜ ਦਿਉ ਸਾਫ਼ ਕਰਕੇ, ਅਤੇ ਇਹਦੇ ਵਿੱਚ ਡੱਬੇ 'ਤੇ ਪਾ ਦਿਓ। ਬਸ ਇੰਨਾ ਹੀ ਕੰਮ ਆ। ਅਤੇ ਨਾਲ ਨਾਲ ਗੋਡੀ ਹੋਈ ਜਾਂਦੀ ਹੈ, ਨਾਲ ਨਾਲ ਸਫਾਈ ਹੋਈ ਜਾਂਦੀ ਆ। ਇੱਦਾਂ ਤੁਸੀਂ ਘਾਹ ਪੱਟੀ ਸਕਦੇ ਹਾਂ ਆਪਣਾ। ਅਤੇ ਜਿੰਨੇ ਜਣੇ ਵੀ ਵੀਡੀਓ ਰਾਹੀਂ ਇਹ ਗੱਲ ਨੂੰ ਸਹਿਮਤ ਆ ਤਾਂ ਬਹੁਤ ਵਧੀਆ। ਜਿਹੜੀ ਚੀਜ਼ ਆਪਾਂ ਸਿੱਖਦੇ ਹਾਂ ਆਪਾਂ ਤੁਹਾਨੂੰ ਉਹੀ ਦੱਸਣ ਡਏ ਹਾਂ। ਅਤੇ ਥੋੜ੍ਹਾ ਥੋੜ੍ਹਾ ਜਿਹਾ ਹਰੇਕ ਚੀਜ਼ ਨੂੰ ਆਪਾਂ ਫੀਲ ਕਰਕੇ ਸਮਝ ਕੇ ਅਤੇ ਕਰੀਏ। ਇੱਦਾਂ ਦੇਖੋ ਘਾਹ ਪੱਟ ਹੋਈ ਜਾ ਰਿਹਾ, ਅਤੇ ਇੱਦਾਂ ਮਿੱਤਰੋ ਸਫਾਈ ਹੋ ਜਾਂਦੀ ਬੜੇ ਵਧੀਆ ਤਰੀਕੇ ਨਾਲ। ਦੇਖੋ ਮਿਹਨਤ ਜ਼ਿਆਦਾ ਹੁੰਦੀ ਅਤੇ ਪਾਣੀ ਦੇ ਵਿੱਚ ਖੜੋਣਾ ਪਊਗਾ ਤੁਹਾਨੂੰ, ਪਾਣੀ ਦੇ ਵਿੱਚ ਖੜੋ ਕੇ ਘਾਹ ਪੱਟਣਾ ਪਊਗਾ। ਅਤੇ ਫਿਰ ਨਾਲ ਨਾਲ ਘਾਹ ਨੂੰ ਜਿੱਦਾਂ ਮਿੱਟੀ ਨਾਲ ਉੱਠਦੀ ਆ ਉਹਨੂੰ ਪਾਣੀ ਦੇ ਨਾਲ ਝਾੜ ਲਓ। ਤੁਹਾਡੇ ਸਾਹਮਣੇ ਆਪਾਂ ਕਰਨ ਡਿਆ ਸਾਰਾ ਕੁਛ, ਹੈ ਨਾ। ਅਤੇ ਬਾਕੀ ਜਿੰਨੀ ਵੀ ਨੌਲੇਜ ਦੀ ਗੱਲ ਆ ਆਪਾਂ ਜਿੰਨੀ ਕੁ ਸਿੱਖਦੇ ਤੁਹਾਨੂੰ ਦੱਸਦੇ ਪਏ ਹਾਂ। ਵੀ ਕਈ ਵਾਰੀ ਆਪਾਂ ਨੂੰ ਦਾਤੀ ਰੰਬਾ ਚਲਾਉਣਾ ਬੜਾ ਔਖਾ ਲੱਗਦਾ ਵਿੱਚ, ਤਾਂ ਕਈਆਂ ਨੂੰ ਬਹੁਤ ਸੌਖਾ ਲੱਗਦਾ ਜਿਨ੍ਹਾਂ ਨੂੰ ਹੱਥ ਪੈ ਗਈ। ਹੁਣ ਮੇਰੇ ਅੱਗੇ ਤਾਂ ਨਵਾਂ ਐਕਸਪੀਰੀਅੰਸ ਹੈ, ਅਤੇ ਜੋ ਐਕਸਪੀਰੀਅੰਸ ਆ ਮੈਂ ਉਹ ਸ਼ੇਅਰ ਕਰ ਰਿਹਾ ਤੁਹਾਡੇ ਸਾਰੇ ਵੀਰਾਂ ਨਾਲ। ਅਤੇ ਜਿੰਨੇ ਵੀ ਵੀਡੀਓ ਨੂੰ ਦੇਖਦੇ ਬਹੁਤ ਬਹੁਤ ਦਿਲੋਂ ਧੰਨਵਾਦ, ਥੈਂਕ ਯੂ ਹੈ ਜੀ। ਅਤੇ ਆਹ ਲਾਏ ਹੋਏ ਪਿਆਜ਼ ਤਾਂ ਦੇਲ ਵਿੱਚ ਖੜ੍ਹੇ ਹੀ ਜਿੱਦਾਂ ਝੋਨੇ ਦੇ ਵਿੱਚ ਕੱਦ ਕੀਤਾ ਹੁੰਦਾ ਕਿ ਨਹੀਂ, ਤਾਂ ਉਹ ਇੱਦਾਂ ਵਾ। ਅਤੇ ਆਹ ਘਾਹ ਮੈਨੂੰ ਪੱਟਣਾ ਔਖਾ ਲੱਗਦਾ ਸੀ ਦਾਤੀ ਰੰਬੀ ਨਾਲ, ਤਾਂ ਮੈਂ ਤਾਂ ਇੱਦਾਂ ਪੱਟਦਾ ਹੁੰਦਾ ਵਾਂ। ਅਤੇ ਇੱਦਾਂ ਕਰਦੇ ਹੁੰਦੇ ਹੱਲ। ਹੋਰ ਸੁਣਾਓ ਕਿੱਦਾਂ ਠੀਕ ਠਾਕ ਆ ਸਾਰੇ? ਅਤੇ ਇੱਦਾਂ ਪੱਟ ਪੱਟ ਕੇ ਫਿਰ ਆਹ ਭਰ ਜਾਣਾ ਵਾ ਪਲਾਸਟਿਕ ਦਾ ਆਪਣਾ ਟੱਪ। ਟੱਪ ਦੇ ਜੇ ਘਾਹ ਪਾ ਕੇ ਤਾਂ ਉਹ ਭਰੇ ਲਈ ਢੇਰੀ ਪੱਟ ਪੱਟ ਕੇ ਉੱਤੇ ਸਿੱਟਿਆ ਜਾਂਦਾ ਸਾਰਾ। ਅਤੇ ਇੱਦਾਂ ਸਫਾਈ ਹੋਈ ਜਾਣੀ ਮਿੱਤਰੋ, ਤਾਂ ਬਹੁਤ ਵਧੀਆ ਤਰੀਕੇ ਨਾਲ ਸਫਾਈ ਤੁਸੀਂ ਕਰ ਸਕਦੇ ਆ। ਨਵੀਂ ਟੈਕਨੋਲੋਜੀ ਜਿਹੜੀ ਮੈਂ ਵਰਤੀ ਆ ਤੁਸੀਂ ਵਰਤੋ। ਅਤੇ ਨਾਲੇ ਤਾਂ ਜਦੋਂ ਹਰਿਆਲੀ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਤਾਂ ਆਪਣੀ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਆ। ਅਤੇ ਕਿਉਂਕਿ ਆਪਾਂ ਹਰ ਟਾਈਮ ਮੋਬਾਈਲ ਟੀਵੀ ਸਾਰਾ ਕੁਝ ਦੇਖਦੇ ਹਾਂ, ਅਤੇ ਇਹ ਚੀਜ਼ਾਂ ਨੂੰ ਘੱਟ ਫੀਲ ਕਰਦੇ। ਅਤੇ ਇੱਕ ਆਪਣੀ ਸਿਹਤ ਦੇ ਵਿੱਚ ਤੰਦਰੁਸਤੀ ਬਣੀ ਰਹਿੰਦੀ ਹੈ, ਵੀ ਆਪਣੀ ਸਿਹਤ ਫਿੱਟ ਰਹਿੰਦੀ। ਜਿਹੜੇ ਪੈਰਾਂ ਦੇ ਵਿੱਚ ਆਪਣੇ ਉਹ ਵੱਟੀਆਂ ਢੀਮਾਂ ਅੰਦਰ ਲਗਭਗਦੀਆਂ ਮਿੱਟੀ ਦੇ ਤੱਤ ਆਪਾਂ ਨੂੰ ਜਿਹੜੇ ਸਰੀਰ ਨੂੰ ਚਾਹੀਦੇ ਹੁੰਦੇ ਉਹ ਮਿਲ ਜਾਂਦੇ ਆ, ਤਾਂ ਸਿਹਤ ਉਹਨਾਂ ਵੀ ਬਹੁਤ ਫਿੱਟ ਰਹਿੰਦੀ ਆ। ਇਹਦੇ ਬਹੁਤ ਜ਼ਿਆਦਾ ਫਾਇਦੇ ਆ ਖੇਤੀ ਕਰਨ ਦੇ, ਅਤੇ ਘਰ ਵਿੱਚ ਸਾਰੇ ਵੀਰ ਖੇਤੀ ਕਰੋ ਜਿੰਨੇ ਵੀ ਭੈਣ ਭਰਾ ਆ, ਅਤੇ ਹੌਲੀ ਹੌਲੀ ਨਾਲੇ ਆਪਣੀ ਸਿਹਤ ਨੂੰ ਫਿੱਟ ਰੱਖੋ, ਨਾਲੇ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ। ਜਿੱਦਾਂ ਸ਼ੂਗਰ ਵਗੈਰਾ ਆਮ ਸਾਰਿਆਂ ਨੂੰ ਹੋ ਜਾਂਦੀ, ਪਰ ਜਦੋਂ ਆਪਾਂ ਹੱਥੀਂ ਮਿਹਨਤ ਕੰਮ ਕਰਦੇ ਹਾਂ ਤਾਂ ਬੜਾ ਫਰਕ ਪੈਂਦਾ ਇਹ ਚੀਜ਼ਾਂ ਨਾਲ। ਪੁਰਾਣੇ ਬਜ਼ੁਰਗ ਦੇਖ ਲਓ ਕਿੱਦਾਂ ਬੋਲਦ ਦੋ ਜੋੜ ਕੇ ਅਤੇ ਨਾਲ ਹਲ ਵਾਹੁੰਦੇ ਤੁਰੇ ਜਾਂਦੇ ਹੁੰਦੇ ਸੀ, ਤਾਂ ਇੱਦਾਂ ਹੀ ਆ। ਅਤੇ ਆਹ ਮਿੱਤਰੋ ਆਪਣਾ ਖੇਤ ਆ, ਅਤੇ ਇੱਥੇ ਕਰਦੇ ਹਾਂ ਆਪਾਂ ਕੰਮ, ਅਤੇ ਖੇਤੀਬਾੜੀ ਹੌਲੀ ਹੌਲੀ ਜਿੰਨੀ ਕੁ ਯੋਗ ਹੈਗੇ ਕਰੀ ਜਾਂਦੇ ਹਾਂ, ਅਤੇ ਨਾਲ ਵੀਰ ਮੇਰਾ ਸੁੱਖਾ ਸਾਥ ਦੇ ਰਿਹਾ। ਅਤੇ ਆਹ ਦੇਖ ਲਓ ਵੀ ਪਹਿਲੇ ਜ਼ਮਾਨੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਗੱਡੇ ਦੇ ਨਾਲ ਬੋਲਦ ਜੋੜ ਕੇ ਬੰਦਾ ਕੰਮ ਕਰਦਾ ਹੁੰਦਾ ਸੀਗਾ। ਅਤੇ ਸੁੱਖੇ ਦੇ ਵੀਰ ਦੇ ਥੋੜ੍ਹੀ ਜਿਹੀ ਪੈਰ 'ਚ ਪ੍ਰੋਬਲਮ ਆ, ਨਹੀਂ ਤਾਂ ਚੱਪਲਾਂ ਲਾਉਣੀਆਂ ਸੀਗੀਆਂ, ਅਤੇ ਚੱਪਲਾਂ ਤਾਂ ਪਈਆਂ ਅਤੇ ਵੱਟੀ ਅੱਗੇ ਖੁੱਭ ਗਈ ਇੱਕ ਪੈਰ ਦੇ ਵਿੱਚ, ਅਤੇ ਤਿੱਖੀ ਬਹੁਤ ਸੀਗੀ। ਅਤੇ ਇਹ ਤੁਹਾਨੂੰ ਦੱਸ ਦੇਵਾਂ ਜ਼ਮੀਨ ਬੜੀ ਸਖਤ ਆ ਇੱਥੋਂ ਕੁ, ਕਿਉਂਕਿ ਇੱਥੇ ਖੇਤੀਬਾੜੀ ਕਦੀ ਕੀਤੀ ਨਹੀਂ, ਅਤੇ ਇੱਥੇ ਆ ਥੋੜ੍ਹੀ ਥੋੜ੍ਹੀ ਭੰਗ ਭੁੰਗ ਜੀ ਉੱਗੀ ਵੀ ਸਾਰੀ ਵੱਢੀ ਵੱਡੀ ਘਾਹ ਘੂ ਵੱਢਣ ਡਿਆ, ਸਫਾਈ ਕਰਨ ਡਿਆ। ਤਾਂ ਸਰੋਂ ਸੀਗੀ, ਸਰੋਂ ਵੱਢ ਕੇ ਹਟੇ ਹਾਂ, ਆਹ ਦੇਖੋ ਇੱਥੋਂ। ਅਤੇ ਜਿੰਨੇ ਜੋਗੇ ਹੈਗੇ ਜੋ ਜੋ ਹੁੰਦਾ ਲਾਈ ਜਾਈਦਾ ਵਾ, ਅਤੇ ਥੋੜ੍ਹਾ ਥੋੜ੍ਹਾ ਹੁਣ ਖਲਾਰਾ ਸਾਂਭਦੇ ਹਾਂ। ਪੰਜ ਚਾਰ ਦਿਨ ਵਾਂਢੇ ਗਏ ਪਏ ਸੀਗੇ, ਤਾਂ ਉਨੇ ਚਿਰ ਦੇ ਵਿੱਚ ਮਗਰ ਬੜਾ ਕੁਛ ਬਦਲ ਗਿਆ। ਅਤੇ ਆਹ ਦੇਖ ਲਓ ਵੀ ਹੱਥੀਂ ਮਿਹਨਤ ਕਰਨੀ ਪੈਂਦੀ ਹੈ, ਵੀ ਜਿੰਨੀ ਜੋਗੇ ਵੀ ਹੈਗੇ ਆ ਲੱਗੇ ਰਹੀਦਾ ਵਾ, ਅਤੇ ਵੀ ਸਾਥ ਦੇਣਾ ਆਈਦਾ ਕਦੀ ਕਦੀ ਨਾਲ, ਤਾਂ ਬਹੁਤ ਵਧੀਆ। ਸ਼ੁਰੂ ਤੋਂ ਹੀ ਇਹਨੇ ਜਿੰਨੇ ਵੀ ਆ ਖੇਤ ਦੇ ਵਿੱਚ ਪਹਿਲੇ ਬਹੁਤ ਘਾਹ ਸੀਗਾ, ਬਹੁਤ ਜ਼ਿਆਦਾ ਜੰਗਲ ਹੀ ਬਣਿਆ ਪਿਆ ਸੀ, ਅਤੇ ਜਿਹਨੂੰ ਐਨ ਸਾਫ਼ ਸੁਥਰਾ ਕਰਨ ਡਿਆ ਹੌਲੀ ਹੌਲੀ। ਅਤੇ ਆਹ ਮਗਰੋਂ ਦੇਖੋ ਕਿੱਡੀ ਕਿੱਡੀ ਭੰਗ ਸਾਰਾ ਕੁਛ ਹੋਈ ਜਾਂਦਾ ਵਾ, ਉਹ ਤੱਕ ਸਫਾਈ ਕਰਿਆ ਪਿੱਛੇ ਹੌਲੀ ਹੌਲੀ ਕਰਦੇ ਤੁਰੇ ਆਉਂਦੇ ਹਾਂ। ਅਤੇ ਆਹ ਦੇਖੋ ਗੋਡੀ ਵੀ ਕਰਨ ਵਾਲੀ ਹੋ ਗਈ ਹੈ ਵਿੱਚ, ਇਹ ਵੀ ਕਰਦੇ ਆ। ਅਤੇ ਆਹ ਲਾਏ ਪਏ ਮਿਰਚਾਂ ਦੇ ਬੂਟੇ ਮਿੱਤਰੋ, ਟਮਾਟਰਾਂ ਦੇ ਅਤੇ ਸ਼ਿਮਲਾ ਮਿਰਚਾਂ ਦੇ। ਮੈਂ ਇਹ ਨਹੀਂ ਵੀ ਦਿਖਾਊਂਗਾ ਮੈਂ ਸਫਾਈ ਵਾਲਾ ਕਿੰਨਾ ਕੰਮ ਕੀਤਾ ਹੈ, ਜੋ ਵਿੱਚ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਇਹ ਸਾਰੀ ਹੁਣ ਗੋਡੀ ਹੋਣੀ ਆ, ਵੀ ਆਪਣੇ ਕੋਲ ਜਦੋਂ ਵੀ ਸਮਾਂ ਹੁੰਦਾ ਤਾਂ ਆਪਾਂ ਇੱਕ ਦੋ ਘੰਟੇ ਇੱਧਰ ਲਾਈਦੇ ਆ। ਅਤੇ ਆਹ ਦੇਖ ਲਓ ਫਸਲ ਆਪਣੇ ਵਤਾਊਂ ਹੋਏ ਪਏ ਆ, ਅਤੇ ਬੜੇ ਵਧੀਆ ਤਰੀਕੇ ਨਾਲ। ਅਤੇ ਹੁਣੇ ਤੋੜੇ ਆ ਘਰਦਿਆਂ ਨੇ, ਅਤੇ ਬਣਾਉਣ ਨੂੰ ਗਏ, ਝੂਠ ਵਾਲੀ ਗੱਲ ਕੋਈ ਨਹੀਂ। ਅਤੇ ਕਿਉਂਕਿ ਹਰੇਕ ਗੱਲ ਤੁਹਾਨੂੰ ਦੱਸ ਦੇਣੀ ਚੰਗੀ ਆ, ਤਾਂ ਬਾਕੀ ਛੋਟੇ ਛੋਟੇ ਨਾਲ ਲੱਗੇ ਪਏ ਆ। ਅਤੇ ਇੱਧਰ ਲਾਈਆਂ ਆਪਾਂ ਜਿਹੜੀਆਂ ਤੋਰੀਆਂ ਹੋ ਜਿਹੜੀਆਂ ਹੁੰਦੀਆਂ ਆਪਣੀਆਂ ਫਲੀਆਂ, ਅਤੇ ਫਲੀਆਂ ਲਾਈਆਂ ਵਾ। ਅਤੇ ਆਹ ਆਪਣੇ ਸ਼ਿਮਲਾ ਮਿਰਚਾਂ। ਅਤੇ ਗੋਡੀ ਕਾਫੀ ਕਰਨੀ ਪੈਂਦੀ ਹੈ, ਇੱਥੇ ਘਾਹ ਬਹੁਤ ਹੋ ਜਾਂਦਾ ਕਿਉਂਕਿ ਮੈਂ ਦਵਾਈ ਨਹੀਂ ਕੋਈ ਪਾਉਂਦਾ। ਅਤੇ ਬਾਕੀ ਤੁਹਾਨੂੰ ਪਿਆਜ਼ਾਂ ਵਾਲੀ ਗੱਲ ਦੱਸ ਦਿੱਤੀ ਵੀ ਇੱਦਾਂ ਪਾਣੀ ਖੜ੍ਹਾ ਕਰਕੇ ਹੁਣ ਮੈਂ ਘਾਹ ਪੱਟਣ ਡਿਆ ਵਾਂ। ਅਤੇ ਆਹ ਸ਼ਲਗਮ ਲਾਏ ਸੀਗੇ, ਅਤੇ ਇਹ ਵੀ ਹੁਣ ਮੇਰੇ ਖਿਆਲ ਪੱਕ ਗਿਆ, ਅਤੇ ਇਹਨਾਂ ਨੂੰ ਵੀ ਵੱਢਦੇ ਹਾਂ। ਅਤੇ ਜਿਹੜੇ ਵਿੱਚ ਉਹ ਸਹੀ ਆ ਉਹ ਪੱਟ ਪੱਟ ਅਸੀਂ ਖਾਈ ਜਾਂਦੇ ਹਾਂ। ਅਤੇ ਲਓ ਵੀ ਮਿੱਤਰੋ ਫਿਰ ਟਮਾਟਰਾਂ ਦੇ ਬੂਟੇ ਵੀ ਖੜੇ ਪਏ, ਉਹ ਸਾਰਾ ਕੁਛ ਖੜਿਆ ਪਿਆ। ਓਕੇ ਜੀ ਮਿੱਤਰੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਜਿੰਨੇ ਜਣੇ ਵੀ ਯੂਟਿਊਬ 'ਤੇ ਵੀਡੀਓ
ਅਤੇ ਜ਼ਰੂਰ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਦੱਸਿਆ ਕਰੋ ਵੀ ਟਿੰਕੂ ਤਨੇਜਾ ਜੀ ਦਾ ਯੂਟਿਊਬ ਚੈਨਲ ਚੱਲਦਾ ਵਾ ਵੀ ਉਹ ਬੜੇ ਮਿੱਤਰੋ ਮਿਹਨਤ ਕਰਨੀ ਪੈਂਦੀ ਜਦੋਂ ਆਪਾਂ ਕੋਈ ਵੀ ਵੀਡੀਓ ਬਣਾਉਂਦੇ ਹਾਂ ਬੜੀ ਮਿਹਨਤ ਲੱਗਦੀ ਆ ਅਤੇ ਕਹਿਣਾ ਬੜਾ ਸੌਖਾ ਅਤੇ ਕਰਨਾ ਬੜਾ ਔਖਾ ਹਰੇਕ ਚੀਜ਼ ਨੂੰ ਸਮਝਾਉਣਾ ਬੋਲਣਾ ਕਈ ਵਾਰੀ ਬੋਲਣ ਦੇ ਵਿੱਚ ਗਲਤ ਵੀ ਹੋ ਜਾਂਦੇ ਲਫ਼ਜ਼ ਅਤੇ ਉਹਦੇ ਲਈ ਹੱਥ ਦੋਵੇਂ ਜੋੜ ਕੇ ਸੌਰੀ ਆ ਅਤੇ ਆਹ ਦੇਖ ਲਓ ਆਪਣੀ ਖੇਤੀਬਾੜੀ ਜਿੰਨੀ ਕੁ ਯੋਗ ਹੈਗੇ ਆਪਾਂ ਕਰੀ ਜਾਂਦੇ ਹਾਂ ਅਤੇ ਹੁਣ ਆਏ ਹਾਂ 5-4 ਦਿਨਾਂ ਬਾਅਦ ਤੋਂ ਵਾਂਢੇ ਤੋਂ ਹੁਣ ਹੌਲੀ ਹੌਲੀ ਅੱਗੇ ਸਫਾਈ ਕਰਨ ਦੇ ਨਾਲ ਸੁੱਖਾ ਸੋਤਾ ਹੀ ਸਾਥ ਦੇ ਰਿਹਾ ਪੂਰਾ ਅਤੇ ਧੰਨਵਾਦ ਸੁੱਖੇ ਸੋਤੇ ਦਾ ਵੀ ਅਤੇ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਵੀ ਜਿੰਨਿਆਂ ਕੋਲੋਂ ਸਮਝੇ ਹਾਂ ਅਤੇ ਖੇਤੀਬਾੜੀ ਨਾਲ ਜੁੜ ਗਏ ਹਾਂ ਓਕੇ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ।